ਉਹ ਕਹਿੰਦੇ ਨੇ ਯਾਰ ਫੱਕੀ ਫੁੱਕੇ ਬੱਕਰੇ ਜੇ ਆਪ ਫਿਰ ਗਏ ਬੱਕਰਾ ਤੇ ਕਿਉਂ ਦਈਏ ਫੱਕੀ ਫੁੱਕੀ ਇਹ ਬੱਕਰੇ ਗਈ ਆਪ ਫਿਰ ਗਿਆ ਗੈਸ ਹੋ ਗਈ ਲੋਟਾ ਪਿਆ ਉੱਥੇ ਅਸੀਂ ਤਾਂ ਮਿਰਚਾਂ ਸੱਟਣੀਆਂ ਮਿਰਚਾਂ ਹੀ ਨਹੀਂ ਉਹ ਚਮਚ ਲੂਣ ਹੁੰਦਾ ਮੁੰਡੇ ਪਾਣੀ ਪਾਈਏ ਤਾਂ ਮਿਲਦਾ ਚੱਲ ਜਿਹੜਾ ਮੈਂ ਖਾ ਕੇ ਆਇਆ ਪਾਣੀ ਪਾਓ ਫਿਰ ਠੀਕ ਭੁੱਖਾ ਹੀ ਵਿਚਾਰਾ ਗਏ ਇਨਸ਼ਾਅੱਲਾ ਠੀਕ ਹੋ ਜਾਏ ਤੇ ਰੋਜ਼ ਆਫਰ ਦੇ ਰਹੇ ਨੇ ਉੱਥੇ ਵੀ ਹੋ ਜਾਣੀ ਇਹ ਕੋਈ ਬਗੇ ਜਾਂ ਕੇ ਥੋੜੀ ਚੁਗਾ ਨਾ ਕੇ ਖੁਣਿਆ ਲਈ ਆਫਰ ਦੇ ਐ ਉਹ ਜਾ ਥੋੜੀ ਜਿਹਾ ਮਿਰਚਾਂ ਲਾਈਆਂ ਲੂਣ ਲਾਈਆਂ ਸੱਤੋਂ ਮੁੰਡੇ ਬੱਕਰੀਆਂ ਬੱਕਰੀਆਂ ਤੇ ਬਸ ਉੱਥੋਂ ਫੁੱਟੋ ਤੇ ਪਾਣੀ ਵਿੱਚ ਬੈਟਰੀ ਲੱਗੀ ਸਰ ਫਲੀਆਂ ਖਾਂਦੇ ਨੇ ਨਾ ਗੱਡੀ ਬੱਕਰਿਆਂ ਕੋਈ ਨੀ ਧੋ ਲਵਾਂਗਾ ਮੈਂ ਆਪ ਧੋਵਾਂਗਾ ਜਿਹੜਾ ਗੱਡੀ ਦੀ ਖਰਾਬ ਹੋਣੀ ਗੱਡੀ ਕਿਉਂ ਖਰਾਬ ਹੋਣੀ ਹੈ ਇਹ 30 ਰੁਪਏ ਆਮਨੇ ਨਾ ਨਾਲ ਬੀਬੀ ਬੈਠੀ ਹੈ ਬਣਾਈ
लो जी बंद कर बड़ा कम कर रात में ये पतली बाल दे ऐसे में ना होगा अच्छे रहे तो बड़ा आगे आगे
ਬਹੁਤ ਵਧੀਆ ਵੱਧ ਗਿਆ ਜੀ ਹੁਣ ਬਾਅਦ ਚੋਂ ਹੀ ਹੈ ਨਾ ਇਹਦੇ ਨਾਲ ਫਰਕ ਪਿਆ ਕਾਫੀ ਜੀ ਸਹੀ ਹੈ ਮੋਰੀਆਂ ਹੋਈਆਂ ਨੇ ਹੁਣ ਅਸੀਂ ਸਾਰੇ ਖਾਂਦੇ ਅੱਲਾ ਦੀ ਰਹਿਮਤ ਰਹਿਮਤ ਹੁੰਦੀ ਬਾਰਿਸ਼ ਜਿਹੜੀ ਹਾਂਜੀ ਜ਼ਮੀਨ ਪੈਰਾਂ ਤੱਕ ਬੂਟਾ ਕਿੰਨੇ ਲੱਗੇ ਇਹ ਤਾਂ ਕੰਮ ਦੇ ਰਸ਼ ਕੇ ਬੂਟਾ ਵਾਕਈ ਥੋੜੇ ਪਿੱਛੇ ਹਟ ਜਾਓ ਨਾ ਤੇ ਜ਼ਮੀਨ ਦੇ ਇਲਾਕੇ ਦਾ ਬੂਟਾ ਵੀ ਛਾਵੇ ਉੱਥੋਂ ਤੱਕ ਬੂਟਾ ਵੀ ਛਾਵੇ ਪਤਾ ਚੱਲੇ ਬੂਟਾ ਹੈ ਕਿੰਨਾ ਹੈ ਜੀ ਟੋਟਲ ਇੱਥੇ ਡਾਇਰੈਕਸ਼ਨ ਚੇਂਜ ਕਰੋ ਤਾਂ ਉਹ ਸਾਫ਼ ਹੋਵੇਗਾ ਉਹ ਪਹਿਲਾਂ ਉਹ ਸੂਰਜ ਇੱਧਰ ਅਤੇ ਇੱਧਰ ਉਹਦੇ ਸੂਰਜ ਉੱਤੋਂ ਉਹਦੇ ਪੋਗੇ ਸਾਫ਼ ਹੋਵੇਗਾ ਦੇਖੋ ਸ਼ਾਹ ਜੀ ਹੁੰਦਾ ਵਾਹ ਜੀ ਵਾਹ ਜੇ ਹੁਣ ਤੱਕ ਨਾਲ ਹੀ ਉੱਪਰ ਥੱਲਾ ਕੋਰ ਕਾ ਲੈਂਦੇ ਹਾਂ ਅਸੀਂ ਸਹੀ ਜੀ ਮਾਸ਼ਾ ਅੱਲਾ ਪੈਰਾਂ ਤੋਂ ਸਿਰ ਤੱਕ ਵਿੱਚ ਆ ਜਾਏਗਾ ਨਾ ਜਿਸ ਦੇ ਪਤਾ ਬੂਟਾ ਛੋਟਾ ਹੀ ਬੂਟਾ ਥੋੜ੍ਹਾ ਹੋਰ ਜਾਂਦਾ ਉਹ ਆ ਜਾਓ ਕੀ ਬਾਤ ਇਹ ਜ਼ਿੰਦਗੀ ਦੀ ਯਾਦ ਰੱਖੀ ਇਹ ਤੁਹਾਨੂੰ ਸੀਡੀ ਬਣਾ ਕੇ ਦਿਆਂਗੇ ਇਨਸ਼ਾ ਅੱਲਾ ਬੜੀ ਬਾਤ ਹੈ ਮਾਸ਼ਾਅੱਲਾ